ਸਰਵ ਸਿੱਖਿਆ ਅਭਿਆਨ ਬੇਟੀ ਬਚਾਓ ਬੇਟੀ ਪੜਾਓ ਵਰਗੇ ਅਨੇਕਾਂ ਹੀ ਨਾਰੇ। ਹਰ ਸਾਲ ਦੇਸ਼ 'ਚ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਰੋੜਾਂ ਰੁਪਏ ਦਾ ਬਜਟ, ਪਰ ਫਿਰ ਵੀ ਪੇਪਰਾਂ ਤੋਂ ਐਨ ਪਹਿਲਾਂ ਸਰਕਾਰੀ ਅਫਸਰਾਂ ਨੇ ਸਕੂਲ ਨੂੰ ਬਲਡੋਜ਼ਰਾਂ ਨਾਲ ਢਹਿ ਢੇਰੀ ਕਰ ਦਿੱਤਾ। ਬੱਚੇ ਸਕੂਲ ਦੇ ਗਰਾਊਂਡ ਵਿੱਚ ਖੜੇ ਸਕੂਲ ਨੂੰ ਢਹਿ ਢੇਰੀ ਹੁੰਦੇ ਦੇਖਦੇ ਰਹੇ, ਪਰ ਸਰਕਾਰੀ ਅਫਸਰਾਂ ਨੂੰ ਨਾ ਤਾਂ ਬੱਚਿਆਂ 'ਤੇ ਤਰਸ ਆਇਆ ਅਤੇ ਨਾ ਹੀ ਉਹਨਾਂ ਦੀ ਖਰਾਬ ਹੋ ਰਹੀ ਪੜ੍ਹਾਈ 'ਤੇ। ਤਸਵੀਰਾਂ ਸ਼ਹਿਰ ਮੋਹਾਲੀ ਦੀਆਂ ਨੇ, ਜਿੱਥੋਂ ਦੇ ਇੰਡਸਟਰੀਅਲ ਏਰੀਆ 'ਚ ਬਣੇ 15 ਸਾਲ ਪੁਰਾਣੇ ਸਕੂਲ ਨੂੰ ਸਰਕਾਰ ਵੱਲੋਂ ਨਜਾਇਜ਼ ਉਸਾਰੀ ਕਹਿ ਕੇ ਤੋੜ ਦਿੱਤਾ ਗਿਆ। ਸਕੂਲ ਅਧਿਆਪਕ ਅਫਸਰਾਂ ਨੂੰ ਪੇਪਰਾਂ ਦਾ ਹਵਾਲਾ ਦੇ ਕੇ ਸਮਾਂ ਮੰਗਦੇ ਰਹੇ, ਪਰ ਅਫਸਰਾਂ ਨੇ ਦੇਖਦੇ ਹੀ ਦੇਖਦੇ ਹਥੌੜਿਆਂ ਤੇ ਮਸ਼ੀਨਾਂ ਨਾਲ ਸਕੂਲ ਨੂੰ ਮਿੱਟੀ ਦੀ ਢੇਰੀ ਬਣਾ ਦਿੱਤਾ। ਸ਼੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਹੈ, 15 ਸਾਲ ਤੋਂ ਬਣਿਆ ਤੇ ਇਹਦੇ ਵਿੱਚ ਕਿਹੜੇ ਬੱਚੇ ਪੜਦੇ ਆ? ਇਹਦੇ 'ਚ ਸਿਰਫ ਸਲਮ ਏਰੀਆ ਦੇ ਬੱਚੇ ਨੇ ਜਿਹੜੇ ਬੱਚੇ ਫੀਸਾਂ ਨਹੀਂ ਦੇ ਸਕਦੇ। ਤੁਸੀਂ ਸਾਰਿਆਂ ਨੂੰ ਫ੍ਰੀ ਪੜਾਉਂਦੇ ਹੋ? ਹਾਂਜੀ। ਤੇ ਇਹ ਜਿਹੜਾ ਸਕੂਲ ਜਦੋਂ ਬਣਿਆ ਸੀਗਾ ਤੇ ਹੁਣ ਤੱਕ ਕਿੰਨੇ ਕੁ ਬੱਚੇ ਪੜ੍ਹਾ ਚੁੱਕੇ? ਅਸੀਂ ਤਕਰੀਬਨ 1000 ਬੱਚੇ ਤੋਂ ਉੱਪਰ ਪੜ੍ਹਾ ਚੁੱਕੇ। ਸਾਰਿਆਂ ਨੂੰ ਫ੍ਰੀ ਪੜਾਇਆ? ਹਾਂਜੀ। ਤੇ ਤੁਸੀਂ ਆਪਦਾ ਜਿਹੜਾ ਖਰਚਾ ਕਰਕੇ ਪੜ੍ਹਾ ਰਹੇ ਹੋ ਤੇ ਅੱਜ ਫਿਰ ਤੋੜ ਕਿਉਂ ਰਹੇ ਹੋ? ਸਰ, ਉਹਨਾਂ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ। ਉਹਨਾਂ ਨੇ ਇਹ ਕਿਹਾ ਸਾਨੂੰ ਕਿ ਸਾਨੂੰ ਸਾਨੂੰ ਗੌਰਮੈਂਟ ਦੇ ਹੁਕਮ ਹੈ। ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਖਾਲੀ ਤਾਂ ਕਰ ਦਾਂਗੇ, ਬੱਚਿਆਂ ਦੇ ਇਗਜ਼ਾਮ ਚੱਲ ਰਹੇ ਆ, ਸਾਨੂੰ 15 ਦਿਨ ਦਾ ਟਾਈਮ ਦਿੱਤਾ ਜਾਏ, ਪਰ ਉਹਨਾਂ ਨੇ ਸਾਨੂੰ ਕੋਈ ਟਾਈਮ ਨਹੀਂ ਦਿੱਤਾ। ਉਹ ਕਹਿੰਦੇ ਜੀ ਅਸੀਂ ਤੁਹਾਨੂੰ 2 ਘੰਟੇ ਦਾ ਟਾਈਮ ਦੇ ਸਕਦੇ ਇੱਥੋਂ ਜਾ ਕੇ। ਅਤੇ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਬੱਚਿਆਂ ਨੂੰ ਪੜ੍ਹਾਓ, ਕੁੜੀਆਂ ਨੂੰ ਪੜ੍ਹਾਓ ਅਤੇ ਅਸੀਂ ਕਰ ਰਹੇ, ਦੂਜੇ ਪਾਸੇ ਜਿਹੜੇ ਬਣੇ ਹੋਏ ਉਹਨਾਂ ਨੂੰ ਢਾ ਰਹੇ, ਕਿੱਦਾਂ ਦੇ ਦਿਓ? ਸਰ, ਇਹ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਨਾ। ਇੱਕ ਪਾਸੇ ਕਹਿ ਰਹੇ ਆ ਕਿ ਅਸੀਂ ਗਰੀਬ ਜਨਤਾ ਨਾਲ, ਇਹ ਤਾਂ ਫਿਰ ਗਰੀਬ ਜਨਤਾ ਦੇ ਇੱਥੇ ਅਮੀਰਾਂ ਦੇ ਬੱਚੇ ਤਾਂ ਹੈ ਨਹੀਂ, ਇਹ ਤਾਂ ਆਪਣੇ ਕੋਲ ਸਿਰਫ ਗਰੀਬ ਜਿਹੜੇ ਝੁੱਗੀਆਂ ਝੌਂਪੜੀਆਂ ਦੇ ਬੱਚੇ ਨੇ, ਉਹ ਨੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਨੇ, ਉਹਨਾਂ ਦੇ ਬੱਚੇ। ਇਹਨੂੰ ਲੈ ਕੇ ਹੋਰ ਵੀ ਕਿਸੇ ਨੂੰ ਮਿਲੋ, ਕਿਸੇ ਅਧਿਕਾਰੀ ਨੂੰ? ਨਹੀਂ ਸਰ। ਡੀਸੀ ਮੈਡਮ? ਹਾਂਜੀ, ਮੈਂ ਕੱਲ੍ਹ ਡੀਸੀ ਮੈਡਮ ਦੇ ਗਏ ਸੀ, ਉਹ ਮੀਟਿੰਗ 'ਚ ਸੀਗੇ, ਉਹ ਮਿਲ ਨਹੀਂ ਪਾਏ। ਅੱਛਾ। ਅਤੇ ਉਹਦੇ ਤੋਂ ਬਾਅਦ ਅਸੀਂ ਬਲਵੀਰ ਸਿੱਧੂ ਕੋਲ ਗਈ ਸੀ ਮੈਂ, ਅਤੇ ਉਹ ਕਹਿੰਦੇ ਸੀ ਜੀ ਗੌਰਮੈਂਟ ਦੀ ਜਗ੍ਹਾ ਆ, ਬਾਕੀ ਮੈਂ ਮੇਰੇ ਕੋਲ ਸਾਰੇ ਜਾਣੇ ਆਣ ਮੈਂ ਗੱਲ ਕਰਦਾ, ਪਰ ਉਹਨਾਂ ਨੇ ਕੋਈ ਮਦਦ ਨਹੀਂ ਕਰ ਰਹੇ। ਕਿਸੇ ਨੇ ਬੱਚਿਆਂ ਦੀ ਪੜ੍ਹਾਈ ਖਰਾਬ? ਹਾਂਜੀ ਹਾਂਜੀ ਸਰ, ਬੱਚਿਆਂ ਦੀ ਪੜ੍ਹਾਈ, ਬੱਚੇ ਇੰਨੇ ਕੇ ਰੋ ਰਹੇ ਨੇ, ਤੁਸੀਂ ਇੱਕ ਹੀ ਦੇਖ ਸਕਦੇ ਹੋ, ਲੱਗਦਾ ਵੀ ਸਾਲ ਖਰਾਬ ਹੋ ਗਿਆ ਇਹਨਾਂ ਦਾ। ਇਹ ਜਿਹੜਾ ਪੇਪਰ ਹੋਏਗਾ ਸਰ, ਹਾਂਜੀ ਸਰ, ਬੱਚਿਆਂ ਦੇ ਐਗਜ਼ਾਮ 2 ਐਗਜ਼ਾਮ ਰਹਿ ਰਹੇ ਨੇ, ਪਤਾ ਹੀ ਹੈ ਤੁਹਾਨੂੰ ਜਦ ਬੱਚੇ ਦੇ 2 ਐਗਜ਼ਾਮ। ਤੁਸੀਂ ਕੀ ਚਾਹੁੰਦੇ ਹੋ ਕੀ ਹੋਣਾ? ਮੈਂ ਸੋਚਾ ਰਹੀ ਹਾਂ ਜੇ ਬੱਚਿਆਂ ਦੇ ਐਗਜ਼ਾਮ ਵੀ ਹੋ ਜਾਣ, ਸਾਨੂੰ ਕਿਤੇ ਸ਼ਿਫਟ ਕਰਾਇਆ ਜਾਏ। ਸਕੂਲ ਵਿੱਚ ਪੜ੍ਹਦੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਮੁਤਾਬਕ ਬੱਚਿਆਂ ਨੂੰ ਸਕੂਲ ਵਿੱਚ ਨਾ ਮਾਤਰ ਫੀਸਾਂ ਲੈ ਕੇ ਪੜ੍ਹਾਇਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਵੀ ਸਰਕਾਰ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਕਿਤਨੇ ਬੱਚੇ ਪੜ੍ਹਦੇ ਹਨ? 2 ਬੱਚੇ। ਤੋ ਆਪਕੋ ਕਭੀ ਲਗਾ ਕਿ ਬੱਚੋ ਕੇ ਅਭੀ ਜੈਸੇ ਸਕੂਲ ਤੋੜਨੇ ਆ ਗਏ? ਪਹਿਲੇ ਬਤਾਇਆ ਕਭੀ ਸਕੂਲ ਤੋੜਨੇ ਗਏ? ਨਹੀਂ, ਕਭੀ ਨਹੀਂ। ਤੋ ਆਪਕੇ ਬੱਚੋ ਕੀ ਅਭੀ ਪੜ੍ਹਾਈ ਖਰਾਬ ਹੋ ਜਾਏਗੀ ਨਾ? ਹਾਂਜੀ। ਤੋ ਯਹਾਂ ਤੋ ਬੱਚੇ ਫ੍ਰੀ ਪੜ੍ਹਤੇ ਹੈ? ਫ੍ਰੀ ਪੜ੍ਹਤੇ ਹੈ, ਹਮਕੋ ਪੈਸਾ ਦੇਣਾ ਬੁਝਾਤਾ ਨਹੀਂ ਹੈ ਮੈਮ, ਆਪਣੇ ਬੱਚੇ ਜੈਸਾ, ਆਜ 5 ਸਾਲ ਕਾ ਬੱਚੇ ਹਮਾਰਾ 2 ਸਾਲ ਕਾ ਥਾ ਤਬ ਸੇ ਪੜ੍ਹ ਰਹਾ ਹੈ, 10 ਸਾਲ ਕਾ ਹੋ ਗਿਆ। ਕਭੀ ਹਮਕੋ ਮਹਿਸੂਸ ਨਹੀਂ ਹੁਆ ਕਿ ਹਮਾਰੇ ਬੱਚੇ ਕੈਸੇ ਪੜ੍ਹਤੇ ਹੈ, ਕਹਾਂ ਫੀਸ ਦੇਤੇ ਹੈ। ਤੋ ਸਰਕਾਰ ਕੋ ਨਹੀਂ ਚਾਹੀਏ ਇਹ ਤੋੜਨਾ ਨਾ? ਨਹੀਂ ਤੋੜਨਾ ਚਾਹੀਏ ਥਾ, ਹਮਾਰੇ ਬੱਚੇ ਅਬ ਹਮ ਲੋਗ ਗਰੀਬ ਹੈ, ਕਹਾਂ ਪੜ੍ਹਾਨੇ ਜਾਏਗੇ, ਕਹਾਂ ਉਨਕੇ ਪੇਪਰ ਐਡਮਿਸ਼ਨ ਕਰਵਾਏਂਗੇ? ਤੋ ਅਭੀ ਉਨਕੇ ਪੇਪਰ ਰੁਕ ਜਾਏਂਗੇ ਨਾ? ਅਭੀ ਰੁਕ ਜਾਏਗੀ, ਅਭੀ ਪੇਪਰ ਤੋ ਅਭੀ 30 ਤਾਰੀਖ ਤੱਕ ਥਾ, ਅਭੀ ਆ ਵਿੱਚੇ ਮੈਂ ਛੁੱਟ ਗਿਆ, ਬੱਚੇ ਹਮਾਰੇ ਐਸੇ ਰੋ ਰਹੇ ਹੈਂ ਬੈਠ ਕੇ, ਫਿਰ ਹਮਕੋ ਪਤਾ ਲਗਾ ਹਮ ਘਰ ਸੇ ਆਏ ਦੌੜੇ ਹੋਏ ਬੱਚੇ ਕੋ ਦੇਖਨੇ ਕੇ ਲੀਏ। ਠੀਕ ਹੈ। ਕਿਆ ਨਾਮ ਹੈ ਮੈਮ ਆਪਕਾ? ਮਮਤਾ। ਮਮਤਾ ਜੀ, ਆਪ ਯਹਾਂ ਆਪਕੇ ਬੱਚੇ ਪੜ੍ਹ ਰਹੇ ਹੈਂ? ਹਾਂਜੀ। ਤੋ ਅਬ ਕਿਆ ਹੋ ਗਿਆ?
अब क्या होगा, बच्चे का तो लाइफ खराब ही हो जाएगा सर, क्योंकि मैडम जी थे बहुत अच्छी तरह से, उन्होंने पढ़ाते थे हम बच्चे को, और जो है जो उनका लाइफ खराब ही हो जाएगा। और जो टूटा है, सरकार को इनके लिए कुछ देना चाहिए, पढ़ाने के लिए जगह देना चाहिए, रूम बनवा के देना चाहिए सर। हालांकि पहली नज़र मामला बच्चों नाल हो रहे अन्याय दा लगदा है, पर जेकर स्कूल ते कानूनी कार्रवाई करना अधिकारियों की मनीए तां स्कूल सरकारी थां ते बनिया होया है, अते अध्यापकां नूं स्कूल बंद करन संबंधी विभाग वल्लों कई बार कानूनी नोटिस भी भेजा जा चुका है। ਸਕੂਲ ਤਾਂ ਜਿਹੜਾ ਹੈਗਾ ਅਨਔਥੋਰਾਈਜ਼ ਹੈਗਾ, ਸਰਕਾਰੀ ਜ਼ਮੀਨ ਹੈਗੀ ਹੈ, ਅਸੀਂ ਇਹਨਾਂ ਪਿਛਲੇ 15-20 ਦਿਨ ਤੋਂ ਕਹਿ ਰਹੇ ਖਾਲੀ ਕਰ ਦਿਓ। ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇੱਕ ਵੀ ਨੋਟਿਸ ਨਹੀਂ ਦਿੱਤਾ ਗਿਆ, ਸਿਰਫ ਆ ਕੇ ਸਾਨੂੰ ਕੱਲ੍ਹ ਕਿਹਾ ਗਿਆ ਵੀ ਕੱਲ੍ਹ ਅਸੀਂ ਸਕੂਲ ਢਾ ਦਿੰਦੇ। ਨੋਟਿਸ ਚਿਪਾਏ ਗਏ ਹੈਗੇ, ਦੁਬਾਰਾ ਦੇ ਲੱਗੇ ਹੈਗੇ, ਦੇਖ ਲਓ ਤੁਸੀਂ। ਠੀਕ ਹੈ, ਆ ਕੇ ਬੁਨਿਆਦੀ ਕਰਾਈ ਗਈ, 4 ਦਿਨ ਹੋ ਗਏ ਬੁਨਿਆਦੀ ਕਰਾਉਂਦੇ ਨੂੰ। ਜੇ ਬੱਚਿਆਂ ਨੂੰ ਕੁਛ ਹੋਰ ਸਮਾਂ ਮਿਲ ਸਕਦਾ ਸੀ ਕਿਉਂਕਿ ਉਹਨਾਂ ਦੇ ਇਗਜ਼ਾਮ ਸੀਗੇ। ਇਸ ਬਾਰੇ ਮੇਰੇ ਕੋਲ ਕੋਈ ਅਥਾਰਟੀ ਨਹੀਂ ਹੈਗੀ, ਸਾਡੇ MD ਸਾਹਿਬ ਇਸ ਬਾਰੇ ਦੱਸ ਸਕਦੇ। ਇਨਸਾਨੀਅਤ ਦੀ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਗਰੀਬ ਬੱਚੇ ਪੜ੍ਹਦੇ ਹੈ ਜੀ। ਦੇਖੋ, ਅਸੀਂ ਜਿਹੜਾ ਹੈਗਾ ਉਹਨੂੰ ਪ੍ਰੋਪਰ ਟਾਈਮ ਦਿੱਤਾ ਹੈਗਾ। ਬਲਬੀਰ ਸਿੰਘ ਸਿੱਧੂ ਹੁਣ ਸੰਬੰਧਿਤ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਗੱਲ ਆਪਣਾ ਪੱਲਾ ਝਾੜ ਰਹੇ ਨੇ। ਬੱਚਿਆਂ ਦਾ ਇਗਜ਼ਾਮ ਸੀਗਾ, ਲੇਕਿਨ ਉਹ ਸਕੂਲ ਢਾ ਦਿੱਤਾ ਗਿਆ। ਤੁਹਾਨੂੰ ਵੀ ਮਿਲੇ ਸੀਗੇ ਜੀ, ODC ਮੈਡਮ ਨੂੰ ਵੀ ਮਿਲੇ ਨੇ ਜੀ? ਨਹੀਂ, ਮੈਨੂੰ ਮਿਲੇ ਸੀਗੇ, ਮੈਂ ਉਹਨੂੰ ਬਕਾਇਦਾ ਕਿਹਾ ਸੀ ਕਿ ਤੁਸੀਂ ਮੈਨੂੰ ਜਿਹੜਾ ਬੰਦਾ ਕੋਈ ਇੱਦਾਂ ਦੀ ਅਥਾਰਟੀ ਹੈਗੀ ਮੈਂ ਉਹਨੂੰ ਕਹਿ ਦੇਣਾ, ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅਪਰੋਚ ਨਹੀਂ ਕੀਤਾ। ਪਰ ਮੈਨੂੰ ਅਫਸੋਸ ਹੈ ਇਸ ਗੱਲ ਦਾ, ਕਿ ਉਹਨੇ ਸਕੂਲ ਢਾਇਆ, ਔਰ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਤਾਂ ਉਹਦੇ ਖਿਲਾਫ਼ ਕਹਿੰਦਾ ਕਾਰਵਾਈ ਹੋਣੀ ਚਾਹੀਦੀ, ਉਦੋਂ 4-5 ਦਿਨ ਵੇਟ ਵੀ ਕੀਤੀ ਜਾ ਸਕਦੀ ਸੀ। ਖੈਰ, ਹੋ ਸਕਦਾ ਹੈ ਕਿ ਸਕੂਲ ਗੈਰ ਕਾਨੂੰਨੀ ਤਰੀਕੇ ਨਾਲ ਸਰਕਾਰੀ ਥਾਂ ਤੇ ਉਸਾਰਿਆ ਗਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਵਿਭਾਗ ਨੇ ਸਕੂਲ ਤੋੜਨ ਤੋਂ ਪਹਿਲਾਂ ਕਈ ਵਾਰ ਨੋਟਿਸ ਜਾਰੀ ਕੀਤੇ ਹੋਣ। ਪਰ ਕੀ ਇਹ ਨਹੀਂ ਹੋ ਸਕਦਾ ਕਿ ਸਕੂਲ ਤੋੜਨ ਤੋਂ ਪਹਿਲਾਂ ਬੱਚਿਆਂ ਦੇ ਪੇਪਰ ਖਤਮ ਹੋਣ ਦਾ ਇੰਤਜ਼ਾਰ ਕਰ ਲਿਆ ਜਾਂਦਾ, ਜਾਂ ਫਿਰ ਗਰੀਬ ਬੱਚਿਆਂ ਨੂੰ ਮੁਫਤ ਵਿੱਦਿਆ ਦਾ ਚਾਨਣ ਵੰਡਣ ਵਾਲੇ ਸਕੂਲ ਨੂੰ ਸਰਕਾਰ ਸਰਕਾਰੀ ਸਹਾਇਤਾ ਦੇ ਕੇ ਹੋਰ ਵਧੀਆ ਬਣਾ ਦਿੰਦੀ, ਤਾਂ ਕਿ ਸਕੂਲ 'ਚ ਆਉਣ ਵਾਲੇ ਬੱਚਿਆਂ ਨੂੰ ਪੜ੍ਹਨ ਲਈ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਪਰ ਸ਼ਾਇਦ ਇਸ ਵਿੱਚ ਸਰਕਾਰ ਜਾਂ ਸਿਆਸਤਦਾਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸੀ, ਤਾਂ ਹੀ ਬੱਚਿਆਂ ਦੇ ਬਰਬਾਦ ਹੋ ਰਹੇ 1 ਸਾਲ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।